ਤੋਂ ਅੱਜ ਤੱਕ ਕਰਦਾ ਰਹਾਂਗਾ ਵਿਸ਼ਵਾਸ ਦਵਾਉਣਾ ਔਰ ਕਾਂਗਰਸ ਦੀ ਸਟੇਟ ਤੇ ਲੋਕਲ ਵਾਰਡ ਨੂੰ ਵਿਸ਼ਵਾਸ ਦਵਾਉਣਾ ਕਿ ਮੇਰੇ ਆਪਣੇ ਪੈਰ ਹਲਕੇ ਦੇ ਵਿੱਚੋਂ ਤੇ ਪਿੰਡ ਦੇ ਵਿੱਚੋਂ ਤੁਹਾਨੂੰ ਵੀ ਬਹੁਤ ਵੱਡੀ ਜਿੱਤ ਨੂੰ ਦਵਾਵਾਂਗੇ। ਗੱਲ ਕਰਦੇ ਝਾੜੂ ਵਾਲਿਆਂ ਦੀ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਸਮਾਜ ਦਾ ਹੋਵੇਗਾ, ਇਹ ਗੱਲ ਤਾਂ ਵੀਰੋ ਭੁੱਲ ਨਹੀਂ ਜਾਣ ਜਿਸਨੇ 1999 ਦੇ ਵਿੱਚ ਕੇਜਰੀਵਾਲ ਜਿਹੜਾ ਸੀਐਮ ਦਿੱਲੀ ਦਾ ਹੈ ਉਹਨੇ ਮਰਨ ਵਕਤ ਰੱਖ ਲਿਆ ਸੀ ਰਿਜ਼ਰਵੇਸ਼ਨ ਦੇ ਸੰਬੰਧ 'ਚ, ਅਗਰ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਆ। ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਅਤੇ ਲਾਗੂ ਕਰਵਾਇਆ ਅਤੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਲਈ ਵੀਰੋ ਉਹਨਾਂ ਨੇ ਰਿਜ਼ਰਵੇਸ਼ਨ ਲੈ ਕੇ ਦਿੱਤੀ ਕਿ ਜਿੰਨਾ ਕੋਲ ਬੇਜ਼ਮੀਨੇ ਲੋਕ ਨੇ ਉਹ ਨੌਕਰਾਂ ਦੇ ਆਧਾਰ 'ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਸੀ। ਰਿਜ਼ਰਵੇਸ਼ਨ ਉਹ ਚੀਜ਼ ਸੀ ਜਿਸ ਦੇ ਨਾਲ ਆਪਣੇ ਗਰੀਬ ਪਰਿਵਾਰ ਦੇ ਲੋਕ ਨੌਕਰੀ ਲੱਗਣ ਤੋਂ ਬਾਅਦ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਪਾਲ ਸਕਣ, ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ। ਸੋ ਵੀਰੋ ਦੇਖਣਾ ਤੁਸੀਂ ਹੈ ਕਿ ਕੇਜਰੀਵਾਲ ਸਾਹਿਬ ਨੇ ਕੀ ਆਖੀ ਸੀ ਗੱਲ, ਕਿੰਨਾ ਸਾਡਾ ਨੁਕਸਾਨ ਕਰਿਆ। ਇਹ ਗੱਲਾਂ ਦਿੱਲੀ ਦੀਆਂ ਕਰਕੇ ਪੰਜਾਬ 'ਚ ਕਰਦਾ ਕਿ ਮੈਂ ਕਰਦਾ ਗਿਆ, ਪਹਿਲੀ ਗੱਲ ਤਾਂ ਇੱਥੋਂ ਮੁੱਖ ਮੰਤਰੀ ਨੇ ਅਸੀਂ ਬਣ ਦਿਆਂਗੇ, ਇਹਨੂੰ ਚੈਲੰਜ ਕਰਦੇ ਹਾਂ। ਦੂਸਰੀ ਗੱਲ ਬਾਦਲ ਸਾਹਿਬ ਦੀ, ਮਾਨਸਾ ਜ਼ਿਲ੍ਹੇ ਦੇ ਵਿੱਚ ਸਰਦਾਰ ਮਨਜੀਤ ਸਿੰਘ ਰਵਿਦਾਸ ਸਾਹਿਬ ਭਾਈਚਾਰੇ ਨਾਲ ਸੰਬੰਧਿਤ ਸੀ ਜਿਹੜਾ ਐਸ ਸੀ ਸੀ ਆਪਣਾ ਵੀਰੋ ਜਿਹਨੇ ਬੀ ਏ ਕਰੀ ਸੀ, ਉਹਦੇ ਗੁੰਡਿਆਂ ਨੇ ਸੀ ਐਮ ਬਾਦਲ ਦਾ ਡਰਾਈਵਰ